ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਹੁਣ ਅਸੀਂ ਚੱਲੇ ਹਾਂ ਧੂਰੀ ਅਤੇ ਬਾਜ਼ਾਰ ਜਾ ਰਹੇ ਹਾਂ। ਆਹ ਸਾਲ ਮੈਂ ਅੰਦਰ ਹੀ ਰੱਖ ਦਿੰਦੀ ਹਾਂ ਅਤੇ ਹਰਸ ਦੇ ਸਕੂਲ 'ਚ ਜਾ ਕੇ ਆਉਣਾ, ਉੱਥੇ ਜਿਹੜੇ ਹੈਗੇ ਸਾਈਨ ਕਰਕੇ ਆਉਣੇ ਆ, ਹੈ ਨਾ, ਜਿਹੜੇ ਦੇ ਪੱਕੇ ਪੇਪਰਾਂ ਦੇ ਸਾਈਨ ਹੋਣੇ ਆ। ਅਤੇ ਕੁਛ ਅਸੀਂ ਸਮਾਨ ਲੈ ਕੇ ਆਉਣਾ, ਹੈ ਨਾ, ਉਹ ਵੀ ਲੈ ਆਵਾਂਗੇ ਨਾਲ ਹੀ ਅੱਜ, ਅਤੇ ਕਿਉਂਕਿ ਰੋਜ਼ ਰੋਜ਼ ਜਾਇਆ ਨਹੀਂ ਜਾਂਦਾ। ਪਹਿਲਾਂ ਸਕੂਲ 'ਚ ਜਾਵਾਂਗੇ, ਹੁਣ ਟਾਈਮ ਜਿਹੜਾ ਹੈਗਾ 1 ਵੱਜ ਗਿਆ, 3 ਵਜੇ ਤੱਕ ਸਕੂਲ ਖੁੱਲ੍ਹਾ, ਕਿਉਂਕਿ ਕੱਲ੍ਹ ਜਾਣਾ ਸੀਗਾ। ਕੱਲ੍ਹ ਅਸੀਂ ਮੈਰਿਜ 'ਤੇ ਚਲੇ ਗਏ, ਹੈ ਨਾ, ਵਿਆਹ ਬਹੁਤ ਜ਼ਿਆਦਾ ਨੇ। ਹੁਣ ਵੀ ਆਪਣੇ ਗੁਆਂਢੀਆਂ ਦੇ ਜਿਹੜੇ ਹੈਗੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਗਾਸ ਹੋਏ ਹੋਏ ਆ, ਪਹਿਲਾਂ ਅੱਧਾ ਦਿਨ ਉੱਥੇ ਹੀ ਨਿਕਲ ਗਿਆ। ਅਤੇ ਹੁਣ ਚੱਲਦੇ ਹਾਂ, ਨਾਲੇ ਆਪਾਂ ਸਮਾਨ ਲੈ ਕੇ ਆਉਣਾ ਮਾੜਾ ਮੋਟਾ, ਦੁਕਾਨ ਦਾ ਵੀ ਮੈਨੂੰ ਸਮਾਨ ਚਾਹੀਦਾ ਆ, ਹੈ ਨਾ, ਫੇਸ਼ੀਅਲ ਵਗੈਰਾ ਉਹ ਸਮਾਨ ਖਰੀਦਣਾ। ਬਾਕੀ ਜਿਹੜਾ ਹੈਗਾ ਰੀਲਾਂ ਬੁਕਰੋਮਾ ਕਾਫੀ ਲਿਆਵਾਂਗੇ, ਗੋਟੇ ਗੁੱਟੇ ਜੇ ਖਤਮ ਹੋਏ ਪਏ ਆ, ਦੇਖੋ ਬਾਹਰ ਲਾ ਦਾਂਗੇ। ਲੌਕ ਇਹਦਾ ਅੰਦਰੋਂ ਵੀ ਲੱਗਦਾ, ਵੈਸੇ ਬਾਪੂ ਜੀ ਅਤੇ ਮੰਮੀ ਘਰ ਹੀ ਆ, ਅਤੇ ਬਾਹਰੋਂ ਵੀ ਲੌਕ ਲੱਗਦਾ। ਫਿਰ ਐਂ ਆ, ਉਹਨਾਂ ਨੂੰ ਸਿਆਣਿਆਂ ਨੂੰ ਆਉਣਾ ਔਖਾ, ਹੈ ਨਾ, ਚਾਬੀ ਅਸੀਂ ਇੱਕ ਆਪਦੇ ਕੋਲ ਰੱਖਦੇ ਹਾਂ, ਇੱਕ ਅੰਦਰ ਚਾਬੀ ਉਹਨਾਂ ਕੋਲ ਹੈਗੀ ਹੋਈ ਹੈ। ਪਰਲੇ ਪਾਸੇ ਨੂੰ ਲੱਗੂਗਾ ਜੀ, ਉਰਲੇ ਪਾਸੇ ਨੂੰ ਤਾਂ ਖੁੱਲ੍ਹਦਾ ਹੈਗਾ। ਖੜਾ ਇੱਧਰ ਪਰਾਂ ਨੂੰ ਲੱਗਦਾ, ਹਾਂ ਪਰਾਂ ਨੂੰ ਮੇਰੇ ਲੱਗ ਗਿਆ, ਪਰਾਂ ਨੂੰ ਲੱਗਦਾ, ਉਹਨਾਂ ਨੂੰ ਖੁੱਲ੍ਹਦਾ ਹੈਗਾ। ਤੁਸੀਂ ਹਰੇਕ ਵਾਰੀ ਭੁੱਲ ਜਾਂਦੇ ਹੋ। ਹਰਸ ਦੇ ਸਕੂਲ 'ਚ ਚੱਲਾਂਗੇ, ਪਹਿਲਾਂ ਸਕੂਲ 'ਚ ਜਾ ਰਹੇ ਹਾਂ ਕਿਉਂਕਿ ਸਕੂਲ ਬੰਦ ਨਾ ਹੋ ਜੇ। ਫਿਰ ਲਓ ਜੀ, ਆਪਾਂ ਜਾਵਾਂਗੇ ਘਨੌਰੀ ਜਹਾਂਗੀਰ ਕਹਿਰੂ ਵਿੱਚ ਦੀ। ਇੱਧਰ ਦੀ ਥੋੜ੍ਹਾ ਜਿਹਾ ਸ਼ਾਰਟਕੱਟ ਰਸਤਾ ਪੈ ਜਾਂਦਾ ਜੇ ਫਾੜਕ ਨਾ ਲੱਗਿਆ ਹੋਵੇ ਤਾਂ। ਕਈ ਵਾਰੀ ਫਾੜਕ ਵੀ ਲੱਗਿਆ ਹੁੰਦਾ ਅੱਗੇ, ਅਤੇ ਕਿਉਂਕਿ ਆਪਾਂ ਨੇ ਜਲਦੀ ਜਾਣਾ ਸੀਗਾ। ਇੱਕ ਮੂਹਰੇ ਆ ਟਰਾਲੀ ਬਹੁਤ ਜ਼ਿਆਦਾ ਡਿੱਕਾ ਲਾਉਂਦੀ ਆਈ ਤੂੜੀ ਵਾਲੀ, ਇੱਕ ਰਸਤਾ ਵੀ ਨਹੀਂ ਦਿੰਦੇ ਕਿਉਂਕਿ ਇਹਨਾਂ ਨੂੰ ਵੀ ਫਿਰ ਹੈ ਨਾ ਵਿਚਾਲੀ ਜਾਣਾ ਪੈਂਦਾ। ਬਹੁਤ ਜ਼ਿਆਦਾ ਭਰੀ ਹੋਈ ਸੀਗੀ ਤੂੜੀ ਦੀ ਟਰਾਲੀ ਇਹ ਭੂੰਗ ਵਾਲੀ, ਮਸਾਂ ਰਸਤਾ ਜਿਹੜਾ ਹੈਗਾ ਲਿਆ, ਉਹਦੇ ਕਰਕੇ ਥੋੜ੍ਹਾ ਜਿਹਾ ਲੰਘਣ 'ਚ ਔਖਾ ਹੋ ਜਾਂਦਾ। ਆ ਗਈ ਜੀ ਟ੍ਰੇਨ, ਲੰਘ ਗਈ, ਫਾੜਕ 'ਤੇ ਖੜ੍ਹੇ ਹਾਂ ਅਸੀਂ। ਇਹ ਹੈਗਾ ਪਿੰਡ ਦੌਲਤਪੁਰ, ਹੈ ਨਾ, ਦੌਲਤਪੁਰ, ਵੈਸੇ ਇਹਨੂੰ ਨਵਾਂ ਪਿੰਡ ਵੀ ਕਹਿੰਦੇ ਆ। ਅਤੇ ਚਲੋ ਉੱਧਰ ਦੀ ਕਹਿੰਦੇ, ਵੈਸੇ ਧੂਰੀ ਹੋ ਕੇ ਵੀ ਚਲੇ ਜਾਂਦੇ ਹਾਂ ਸਕੂਲ, ਇੱਥੋਂ ਥੋੜ੍ਹਾ ਨੇੜੇ ਪੈ ਜਾਂਦਾ। ਇੱਥੇ ਫਾੜਕਾਂ ਦਾ ਬਹੁਤ ਪੰਗਾ, ਧੂਰੀ 'ਚ ਜਾਓ ਤਾਂ ਫਾੜਕ, ਇੱਥੇ ਜਾਓ ਤਾਂ ਫਾੜਕ, ਜੇ ਬਾਜ਼ਾਰ ਨੂੰ ਜਾਂਦੇ ਹਾਂ ਉੱਧਰ। ਟਾਈਮ 2 ਵੱਜ ਗਏ ਨੇ, 3 ਵਜੇ ਤੱਕ ਹੀ ਸਕੂਲ ਖੁੱਲ੍ਹਾ ਹੈਗਾ। ਚਲੋ ਦੇਖਦੇ ਹਾਂ, ਅਤੇ ਕੰਮ ਤਾਂ ਉੱਥੇ ਜਿਹੜਾ ਹੈਗਾ ਥੋੜ੍ਹਾ ਜਿਹਾ ਹੀ ਹੈ। ਇਹ ਕੈਮਰੇ ਸਕੂਲ ਵਾਲੀਆਂ ਪਹਿਲਾਂ ਆਉਂਦੀਆਂ ਨੇ, ਹੈ ਨਾ, ਛੋਟੇ ਬੱਚਿਆਂ ਦੀਆਂ, ਇਹ ਵਧੀਆ। ਜਿਹੜਾ ਹੈਗਾ
ਪਹਿਲਾਂ ਵੈਸੇ ਗੁਰੂ ਤੇਗ ਬਹਾਦਰ ਵਾਲੇ ਅੱਗੇ ਤਾਂ ਹੀ ਕਰਦੇ ਨੇ ਜਿੱਥੇ ਅਰਸ ਲੱਗਿਆ ਹੋਇਆ ਜੀਟੀਵੀ ਸਕੂਲ 'ਚ ਹੀ ਪੜ੍ਹਦਾ ਹੈ ਹੁਣ। ਇਹਨਾਂ ਦਾ 11ਵੀਂ 12ਵੀਂ ਦਾ ਫਰਕ ਸੀਗਾ। ਅੱਛਾ, ਗਾਹਾਂ ਤੋਂ ਸਾਡੇ ਵਾਲੇ ਵੀ ਨਹੀਂ ਕਰਤਾ, ਹੁਣ ਤਾਂ ਆਪਾਂ ਚੱਲ ਲਾਂਗੇ ਇੱਥੇ ਪਲੱਸ 1 ਪਲੱਸ 2 ਤੇ ਛੋਟੇ ਬੱਚੇ ਜਿਹੜੇ ਕੈਮਰੇਜ ਵਾਲੇ ਨੇ ਉਹ ਪਹਿਲਾਂ ਆਉਂਦੇ ਆ, ਸ਼ਾਮ ਨੂੰ ਪਹਿਲਾਂ ਆ ਜਾਂਦੇ ਆ, ਛੁੱਟੀ ਵੀ ਜਲਦੀ ਹੋ ਜਾਂਦੀ ਹੈ ਤੇ ਸਵੇਰੇ ਵੀ ਲੇਟ ਜਾਂਦੇ ਆ। ਸਵੇਰੇ ਫਰਕ ਪਤਾ, ਘੰਟੇ ਦਾ ਸ਼ਾਮ ਨੂੰ ਪਤਾ ਬੱਚਿਆਂ ਦਾ। ਇਹ ਗੁਰੂ ਤੇਗ ਬਹਾਦਰ ਵਾਲਿਆਂ ਦਾ ਸ਼ੁਰੂ ਤੋਂ ਇਹ ਲੇਟ ਹੀ, ਜੋ ਛੋਟੇ ਛੋਟੇ ਹੁੰਦੇ ਤਾਂ ਵੀ ਸਰਦੀ ਦੇ ਵਿੱਚ 4 ਕਦੋਂ ਵੱਜਦੇ ਨੇ, 4 ਵਜੇ ਆਉਣਾ ਤੇ ਸਵੇਰੇ ਵੀ ਜਲਦੀ ਜਾਣਾ। ਹੁਣ ਕਹਿੰਦੇ ਹਰਸ ਵੀ ਅਗਲੇ ਸਾਲ ਕਰਤਾ, ਚਲੋ ਹੁਣ ਤਾਂ ਇਹਦੀ ਪਲੱਸ 2 ਕਲੀਅਰ ਹੋ ਜੂਗੀ। ਇੱਧਰ ਦੀ ਰਾਹ ਕਰਤਾ, 9ਵੀਂ ਤੋਂ 12ਵੀਂ ਇੱਧਰ ਹੀ ਸਿਸਟਮ ਕਰਤਾ ਸਾਰਾ, ਉੱਧਰ ਜਾਣ ਦੀ ਲੋੜ ਹੀ ਨਹੀਂ ਹੈਗੀ। ਛੁੱਟੀ ਵੀ ਇਹਨਾਂ ਨੂੰ ਅੱਡੀ ਇੱਧਰ ਦੀ ਹੋ ਜਾਇਆ ਕਰੂਗੀ। ਅੱਛਾ, ਗੇਟ ਉਹਨਾਂ ਕੱਢਤਾ, ਗੇਟ ਉਹਨਾਂ ਕੱਢਤਾ 9ਵੀਂ ਤੇ, ਕਹਿੰਦੇ 9ਵੀਂ ਤੇ 8ਵੀਂ ਤੋਂ 12ਵੀਂ। ਅੱਛਾ, ਚਾਰ ਕਲਾਸ ਉੱਧਰ ਇਕੱਠੀ ਟ੍ਰੈਫਿਕ ਆ, ਔਖਾ 150 ਬੱਸ ਜੋ ਇਕੱਠੀ ਨਿਕਲਦੀ ਆ, ਰੋਡ ਲੰਘੀ ਜਾਂਦੀ ਆ, ਰੋਡਾਂ ਨੂੰ ਕਿਵਤਾ ਪੈ ਜਾਂਦੀ ਆ, ਫਿਰ ਗੱਡੀ ਅੰਦਰੋਂ ਨਿਕਲਣੀ ਨੀ, ਬਾਹਰ ਹੀ ਲਾ ਦਿਓ। ਇੱਥੇ ਲਵੇ ਲਵੇ ਨੇ ਕੈਮਰੇ ਸਕੂਲ ਤੇ ਗੁਰੂ ਤੇਗ ਬਹਾਦਰ ਸਕੂਲ, ਦੋਨੋਂ ਹੀ ਵਧੀਆ ਨੇ, ਬਹੁਤ ਵਧੀਆ ਨੇ। ਜਦੋਂ ਹਰਸ ਲਾਇਆ ਤੀ ਅਸੀਂ ਉਦੋਂ ਤਾਂ ਧੂਰੀ ਦੇ ਵਿੱਚ ਗੁਰੂ ਤੇਗ ਬਹਾਦਰ ਸਕੂਲ ਹੀ ਬਹੁਤ ਵਧੀਆ ਮੰਨਿਆ ਜਾਂਦਾ ਸੀ ਜਦੋਂ ਸਟਾਰਟਿੰਗ 'ਚ ਅਸੀਂ ਲਾਇਆ ਸੀਗਾ, ਸਾਰੇ ਪਤਾ ਕਰਕੇ। ਫਿਰ ਉਸ ਤੋਂ ਬਾਅਦ ਅਸੀਂ ਹਟਾਇਆ ਨਹੀਂ ਹੈਗਾ, ਅਤੇ ਪਲੱਸ 1 ਪਲੱਸ 2 ਕਹਿੰਦੇ ਵੀ ਦੋ ਕਲਾਸਾਂ ਮੈਂ ਕੈਮਬ੍ਰਿਜ ਕਰ ਲੈਣਾ, ਕੈਮਬ੍ਰਿਜ ਵੀ ਲਾ ਦਿੰਦੇ ਹਾਂ ਚਲੋ, ਹਟਾਇਆ ਨਹੀਂ ਹੈਗਾ। ਅਤੇ ਫਿਰ ਚਲੋ ਅਸੀਂ ਆਖਿਆ ਵੀ ਚੱਲ ਕਾਹਨੂੰ ਹਟਾਉਣਾ ਹੈ ਨਾ, ਦੋ ਕਲਾਸਾਂ ਵਿੱਚ ਸ਼ੁਰੂ ਤੋਂ ਹੀ ਉੱਥੇ ਲੱਗੇ ਹੈਗਾ। ਇਹ ਛੋਟੇ ਬੱਚੇ ਵਾਲੀਆਂ ਨੇ, ਦੇਖੋ ਬੈਨਾਂ ਦੀ ਫਿਰ ਵੀ ਗਿਣਤੀ ਨੀ ਆਉਣੀ, ਕਿੰਨੀਆਂ ਕੁ ਬੈਨਾਂ ਬੱਸਾਂ। ਅੱਛਾ, ਜਦੋਂ ਛੋਟਾ ਜਿਹਾ ਹੁੰਦਾ ਸੀ ਹਰਸ ਥੱਕ ਜਾਂਦਾ ਸੀ, ਜੇ 4 ਵਜੇ ਆਉਂਦਾ ਸੀ ਬਹੁਤ ਰੋਣਾ ਕੰਮ ਕਰ ਲੈਂਦਾ ਸੀ, ਚੱਕ ਕੇ ਲਿਆਉਂਦੇ ਥੱਕੇ ਹੋਏ ਨੂੰ ਬੈਨ 'ਚ ਹੀ ਸੌਂਦਾ ਸੀ। ਆਹ ਕੈਮਰੇ ਸਕੂਲ ਹੈ ਜੀ, ਆਹ ਨਾਲ ਹੀ ਉਹ ਜੀ ਟੀ ਵੀ ਹੈ, ਇੱਧਰੋਂ ਜਿਹੜੇ ਬੈਨਾਂ ਆ ਰਹੀਆਂ ਨੇ ਇਹ ਜੀ ਟੀ ਵੀ ਸਕੂਲ ਹੈ। ਇਹਦੇ ਵੈਸੇ ਮੇਨ ਗੇਟ ਉੱਧਰ ਮੇਨ ਰੋਡ 'ਤੇ ਹੈਗਾ ਆ, ਆਪਣੇ ਪਿੰਡ ਦੇ ਜਿਹੜੇ ਹੈਗੇ ਨੇ ਡਰਾਈਵਰ ਸਲੇਮਪੁਰ ਦੇ, ਬਸ ਫਿਰ ਉਤਾਰ ਦਿੰਦੇ ਤੇ। ਵੈਸੇ ਤਾਂ ਹੁਣ ਤਾਂ ਇਹਨਾਂ ਦੇ ਕੈਮਰੇ ਵਗੈਰਾ ਲੱਗੇ ਹੋਏ ਆ। ਇਹ ਹੈਗਾ ਜੀ ਮੇਨ ਰੋਡ, ਧੂਰੀ ਤੋਂ ਮਰੇਕੁਟਲਾ ਰੋਡ, ਇਹ ਵੀ ਬਹੁਤ ਜ਼ਿਆਦਾ ਚੱਲਦਾ। ਇਹਦੇ ਉੱਪਰ ਹੀ ਜਿਹੜਾ ਹੈਗਾ ਸਕੂਲ ਹੈਗਾ, ਗੁਰੂ ਤੇਗ ਬਹਾਦਰ ਸਕੂਲ ਵਰਲਡਵਾਲ ਧੂਰੀ। ਪੂਰੀਆਂ ਤਿਆਰ ਖੜੀਆਂ ਨੇ ਪਹਿਲਾਂ, ਤਾਂ ਆਪਾਂ ਗੱਡੀ ਨੂੰ ਲੈ ਜਾਂਦੇ ਨਹੀਂ ਅੰਦਰ ਲੈ ਜਾਂਦੇ। ਦੇਖੋ ਕਿਉਂਕਿ ਛੁੱਟੀ ਦਾ ਟਾਈਮ ਹੈ ਨਾ, ਆ ਜਾ ਹੱਥ ਮੇਰਾ, ਆਪਣੇ ਬੈਂਕ ਨਾ ਬੰਦ ਹੋ ਜੇ। ਇਹ
ਇੱਧਰ ਨਾਲ ਹੀ ਜਿਹੜਾ ਹੈਗਾ ਦੇਸ਼ ਭਗਤ ਕਾਲਜ ਹੈ ਜੀ, ਦੇਖੋ ਨਾਲ ਹੀ ਹੈ, ਅੱਗੇ ਦੇਸ਼ ਭਗਤ ਕਾਲਜ ਹੈ, ਉਹਦੇ ਨਾਲ ਹੀ ਤਾਰਾ ਹਵੇਲੀ ਹੈ ਜਿੱਥੇ ਆਪਾਂ ਬਹੁਤ ਵਾਰੀ ਪਹਿਲਾਂ ਆਏ ਹਾਂਗੇ। ਕਿੰਨੀਆਂ ਆਪਾਂ ਇਹਨਾਂ ਨੇ ਤਿੰਨੀਆਂ ਟੁੱਟ ਜਾਂਦੇ ਹਾਂ ਲੜੇ ਲਓ ਜੀ ਆਪਾਂ ਆ ਗਏ ਕਮਰੇ ਦੇ ਵਿੱਚ ਜਿੱਥੇ ਸਾਈਨ ਕਰਵਾਉਂਦੇ ਸੀਗੇ ਕੁਲਵਿੰਦਰ ਜੀ, ਇੱਥੇ ਹੁਣ ਸਾਈਨ ਕਰ ਦੇਣਗੇ। ਇੱਧਰ ਬਸੰਤ ਪੰਚਮੀ ਕਰਕੇ ਪਤੰਗ ਪਤੰਗ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਜੀ, ਆਪਾਂ ਉਹ ਦੇਖ ਲਿਓ। ਵੈਸੇ ਹੁਣ ਤਾਂ ਸਕੂਲ 'ਚ ਆਉਣ ਦਾ ਵੀ ਫਾਇਦਾ, ਹਰਸਦੀਆਂ ਮੈਡਮਾਂ ਵੀ ਕਹਿੰਦੀਆਂ ਵੀ ਅਸੀਂ ਬਲੌਗ ਦੇਖਦੇ ਹਾਂ ਸਾਰੇ, ਬਹੁਤ ਵਧੀਆ ਲੱਗਿਆ। ਆਹ ਦੇਖੋ ਕਿੰਨਾ ਵਧੀਆ ਕਰਿਆ ਹੋਇਆ, ਪਤੰਗ ਵਗੈਰਾ ਲਾਏ ਹੋਏ ਨੇ ਪੇੜਾਂ 'ਤੇ, ਕਿਉਂਕਿ ਫਿਰ ਹੈ ਨਾ ਜਿਹੜਾ ਦਿਨ ਹੁੰਦਾ ਉਹ ਤਾਂ ਮਨਾਇਆ ਹੀ ਜਾਂਦਾ। ਉਹ ਦੇਖੋ ਅੱਗੇ ਵੀ ਆਪਾਂ ਦੇਖ ਕੇ ਆਉਣੇ ਕੀ ਹੈ। ਚਲੋ ਜੀ, ਜਿਵੇਂ ਦੇ ਕੱਪੜੇ ਮੇਰੇ ਹੈਗੇ ਤਾਂ ਮੈਂ ਉਵੇਂ ਆ ਗਈ, ਕਿਉਂਕਿ ਜਲਦੀ ਸੀਗੀ, ਜਦੋਂ ਨੂੰ ਐਂ ਸੀਗਾ ਵੀ ਜਾਣੇਗਾ ਜਾਵਾਂਗੇ ਅਤੇ ਮੈਂ ਆਈ ਹੋਈ ਸੀਗੀ ਗੁਆਂਢੀਆਂ ਦਿਓ, ਪਤਾ ਹੀ ਹੈ ਨਾ ਅਖੰਡ ਪਾਠ ਪ੍ਰਕਾਸ਼ ਹੋਏ ਸੀਗੇ, ਮੈਂ ਉੱਦਾਂ ਹੀ ਆ ਗਈ। ਜਦੋਂ ਨੂੰ ਮੈਂ ਤਿਆਰ ਹੋਣ ਦਾ ਟਾਈਮ 'ਤੇ ਕੋਈ ਫੇਸ਼ੀਅਲ ਕਰਵਾਉਣ ਵਾਲੀ ਆ ਗਈ ਮੇਰੀ ਭੈਣ, ਅਤੇ ਮੇਰਾ ਉੱਧਰ ਹੀ ਟਾਈਮ ਜਿਹੜਾ ਹੈਗਾ ਜ਼ਿਆਦਾ ਲੱਗ ਗਿਆ। ਫਿਰ ਮੈਂ ਕਿਹਾ ਫਿਰ ਮੈਂ ਜਲਦੀ ਜਲਦੀ 'ਚ ਐਵੇਂ ਹੀ ਆਈ ਹਾਂ, ਕਿਉਂਕਿ ਫਿਰ ਸਕੂਲ ਬੰਦ ਹੋ ਜਾਣਾ ਸੀ ਹੈ ਨਾ। ਇਹ ਉੱਪਰ ਹੈਗਾ ਜੀ ਦਫ਼ਤਰ, ਮੈਂ ਕਾਫੀ ਟਾਈਮ ਬਾਅਦ ਆਈ ਹਾਂ ਸਕੂਲ ਦੇ ਵਿੱਚ, ਮੈਂ ਕਿਹਾ ਚਲੋ ਅੱਜ ਗੇੜਾ ਜਿਹਾ ਮਾਰ ਕੇ ਜਾਂਦੇ ਹਾਂ ਸਾਰੇ। ਲਓ ਜੀ ਹੁਣ ਆਪਾਂ ਚੱਲੇ ਵਾਪਸ ਗਰਾਊਂਡ, ਦੇਖੋ ਗਰਾਊਂਡ ਦੇ ਵਿੱਚ ਦਿਓ ਜਾ ਰਹੇ ਹਾਂ, ਬਹੁਤ ਵੱਡਾ ਗਰਾਊਂਡ ਹੈਗਾ ਆ। ਲਓ ਜੀ ਸਾਈਨ ਆਪਾਂ ਕਰਿਆ ਏ, ਹੁਣ ਚੱਲਦੇ ਹਾਂ ਬਾਜ਼ਾਰ 'ਚ, ਬੈਂਕ ਜਾਣਾ ਪਹਿਲਾਂ, ਬੈਂਕ ਚੱਲਾਂਗੇ ਫਿਰ ਜਿਹੜਾ ਹੈਗਾ ਬੈਂਕ ਦਾ ਕੰਮ ਹੋ ਜੂ ਟਾਈਮ ਨਾਲ ਹੀ, ਫਿਰ ਬੈਂਕ ਵੀ ਨਾ ਬੰਦ ਹੋ ਜਾਵੇ ਅਤੇ ਫਿਰ ਚਲੋ। ਆਹ ਰੋਡ ਬਹੁਤ ਜ਼ਿਆਦਾ ਚੱਲਦਾ। ਚਲੋ ਮਿੱਥੇ ਦੇਣਾ ਨੂੰ ਤਾਂ ਨਹੀਂ ਟਾਈਮ ਲੱਗਦਾ ਹੈਗਾ। ਲਓ ਜੀ ਹੁਣ ਇੱਥੇ ਖੜ ਕੇ ਜੋਨ ਡੀਅਰ ਦੀ ਏਜੰਸੀ ਹੈ ਟਰੈਕਟਰਾਂ ਦੀ, ਆਪਣੇ ਟਰੈਕਟਰ ਵਗੈਰਾ ਇੱਥੋਂ ਹੀ ਗਏ ਹੋਏ ਆ, ਕਹਿੰਦੇ ਗੱਡੀ ਦੇ ਉੱਤੇ ਲੋਗੋ ਲਾਉਣੇ। ਆਹ ਦੇਖੋ ਜਿਵੇਂ ਆਹ ਗੱਡੀ 'ਤੇ ਲੱਗਿਆ ਹੋਇਆ ਜੋਨ ਡੀਅਰ ਦਾ, ਲਿਆ ਹਰਸ। ਲਓ ਆਪਾਂ ਆ ਲਿਆ ਨਹੀਂ ਗਏ, ਕਿਹੜਾ ਜਵਾਬ ਦੇਤਾ, ਮੈਂ ਕਿਹਾ ਹੈਗੇ ਤਾਂ ਸਹੀ ਨਹੀਂ, ਲੈ ਕੇ ਜਾਊਂਗਾ ਪੰਜਵਾਂ ਗੇੜਾ ਦੇ ਦੇ ਉਹ ਤੀ ਦੇਖੇ ਜੇ ਮੈਂ ਲੱਗਾ ਗੱਡੀ ਮਾਰ। ਹਾਂ ਮੈਂ ਦੇਖ ਦਿਖਾਤਾ। ਲਓ ਜੀ ਉੱਧਰ ਫਿਰ ਫਾਟਕ ਲੱਗਿਆ ਹੋਇਆ ਸੀਗਾ, ਹੁਣ ਇੱਥੋਂ ਦੀ ਅਸੀਂ ਤੁਰ ਕੇ ਆਏ ਹਾਂ ਵੀ ਬੈਂਕ ਨਾ ਬੰਦ ਹੋ ਜੇ,
ਤੇ ਫਿਰ ਚੱਲ ਹਰਸ ਗੱਡੀ ਲਿਆਉਂਦਾ ਹੈਗਾ ਉੱਧਰ ਬਾਜ਼ਾਰ 'ਚ, ਕਹਿੰਦਾ ਵੀ ਉੱਪਰ ਦੀ ਲਈ ਅਸੀਂ ਉੱਥੇ ਸਟੇਸ਼ਨ ਕੋਲ ਦੀ, ਨੇੜੇ ਵੀ ਪੈ ਜਾਂਦਾ ਨਾਲ ਹੀ ਆਪਣਾ ਧੂਰੀ ਦਾ। ਆ ਦੇਖੋ ਸਿੱਧੇ ਚੱਲੋ, ਇੱਧਰ ਸਵਾੜੇ ਰਹਿਣ, ਨਹੀਂ ਆਪਾਂ ਨੇ ਤਾਂ ਇੱਧਰ ਜਾਣਾ, ਉਹ ਪੁੰਜ ਜਾਣਾ ਬੋਪਾਂ ਨੇ, ਕੋਈ ਨਾ ਇੱਥੋਂ ਦੀ ਨੰਬਰ ਜੀ ਨਹੀਂ ਤੇ ਫਿਰ ਬੈਂਕ ਨਾ ਬੰਦ ਹੋ ਜਾਏ ਟਾਈਮ ਨਾਲ ਹੀ ਇੱਧਰ ਵਗ ਜਾਂਦੇ ਹਾਂ। ਪਹਿਲਾਂ ਹਰਸ ਗੱਡੀ ਲੈ ਆਊਗਾ, ਉੱਥੇ ਫਾਟਕ ਲੱਗਿਆ ਹੋਇਆ ਹਰਸ ਉੱਥੇ ਹੀ ਖੜਾ। ਲਓ ਜੀ ਆਪਾਂ ਬਾਜ਼ਾਰ ਦੇ ਵਿੱਚ ਹੀ ਤੇ ਹਰਸ ਖਾਣ ਗਏ ਗੋਲ ਗੱਪੇ। ਮੈਂ ਕਿਹਾ ਮੈਂ ਤਾਂ ਖਾਣੇ ਨਹੀਂ ਭਾਈ, ਮੈਂ ਕਿੰਨੂ ਲੈਤੇ ਸੀਗੇ, ਕਿੰਨੂ ਖਾ ਰਹੀ ਸੀ। ਵੈਸੇ ਤਾਂ ਘਰ ਬਥੇਰੇ ਕਿੰਨੂ ਲੱਗੇ ਹੋਏ ਆ, ਪਰ ਬਾਜ਼ਾਰ ਵਾਲੇ ਜ਼ਿਆਦਾ ਵਧੀਆ ਲਾ ਦੇ ਹੁੰਦੇ ਆ, ਸਾਰਾ ਹੀ ਸਿੱਲ ਲਿਆ। ਜਿਹੜਾ ਮੈਂ ਸਮਾਨ ਲੈ ਕੇ ਆਈ ਇਹ ਤਾਂ ਕਿੰਨੂ ਲੈ ਕੇ ਆਈ ਮੈਂ, ਅਤੇ ਇਹ ਵਾਲੀ ਮੈਂ ਹੇਅਰ ਅਸੈਸਰੀ ਲੈ ਕੇ ਆਈ ਹਾਂ। ਕੁਛ ਤਾਂ ਮੈਂ ਬਾਹਰ ਭੇਜਣੀ ਸੀਗੀ ਕਿਸੇ ਨੂੰ ਹੇਅਰ ਅਸੈਸਰੀ, ਉਹਨਾਂ ਨੇ ਇਹ ਵਾਲੀ ਅਤੇ ਇਹ ਵਾਲੀ ਮੰਗਵਾਈ ਸੀਗੀ। ਨਾਲ ਮੈਂ ਆਪਣੇ ਵਾਸਤੇ ਵੀ ਲੈ ਕੇ ਆਈ ਹਾਂ ਜੀ, ਮੈਂ 5-6 ਡੱਬੇ ਲੈ ਕੇ ਆਈ ਹਾਂ ਜਿਹੜੇ ਹੈਗੇ। ਇਹ ਜਿਹੜੀ ਹੈਗੀ ਬਹੁਤ ਸੋਹਣੀ ਹੇਅਰ ਅਸੈਸਰੀ ਮਿਲੀ ਹੈ ਮੈਨੂੰ, ਪਰ ਜਿਹੜੀ ਮਹਿੰਗੀ ਬਹੁਤ ਸੀਗੀ, ਮਤਲਬ ਕਿ ਜਿਵੇਂ ਇਹ ਗੁੱਸਾ ਜਿਹਾ 150-200 ਰੁਪਏ ਦਾ ਗੁੱਸਾ ਹੈ ਨਾ, ਜਿਵੇਂ ਡੱਬਾ ਵੀ ਪੀਸਾਂ ਦੇ ਹਿਸਾਬ ਨਾਲ ਤੀ, ਜਿਵੇਂ ਇਹਦੇ 'ਤੇ 50 ਰੁਪਏ ਪੀਸ ਹੈ ਨਾ, 12-12 ਪੀਸ ਸੀਗੇ ਸਾਰੇ ਡੱਬਿਆਂ ਦੇ ਵਿੱਚ, ਅਤੇ ਬਹੁਤ ਸੋਹਣੀ ਸੀਗੀ। ਅਤੇ ਮੈਂ ਇਹ ਲੈ ਕੇ ਆਈ ਹਾਂ ਫੇਸ ਸਿਰਮ ਗਲੋ ਵਾਸਤੇ, ਜਦੋਂ ਫੇਸ਼ੀਅਲ ਕਰਕੇ ਬਾਅਦ 'ਚੋਂ ਲਾਉਂਦੇ ਹਾਂ ਜੀ। ਇਹ ਬੀਟ ਵਾਲੀਆਂ ਪੱਟੀਆਂ, ਇਹਨਾਂ ਦੀ ਵੀ ਜ਼ਰੂਰਤ ਸੀਗੀ ਮੈਨੂੰ। ਕਈ ਵਾਰੀ ਥੋੜ੍ਹਾ ਕੰਮ ਹੁੰਦਾ, ਫਿਰ ਵੈਕਸ ਗਰਮ ਕਰਨ ਦਾ ਐਂ ਹੁੰਦਾ ਹੈ ਨਾ ਵੀ ਚਲੋ ਕਿ ਸਾਰੀ ਗਰਮ ਕਰਾਂਗੇ, ਫਿਰ ਬੀਟ ਵਾਲੀਆਂ ਪੱਟੀਆਂ ਨਾਲ ਵੀ ਸਰ ਜਾਂਦਾ। ਇਹ ਮੈਂ ਫੇਸ਼ੀਅਲ ਕਿੱਟਾਂ ਲੈ ਕੇ ਆਈ ਹਾਂ, ਇਹ ਪਾਊਚ ਵਾਲੇ ਫੇਸ਼ੀਅਲ ਲੈ ਕੇ ਆਈ ਹਾਂ ਮੈਂ। ਇਹ ਸੇਲ ਵੀ ਹੋ ਜਾਂਦੇ ਆ, ਚਲੋ ਜਿੱਦਾਂ ਕਿਸੇ ਨੇ ਕੋਈ ਕਰਵਾਉਣਾ ਕੋਈ ਕਰਵਾਉਣਾ ਹੈ ਨਾ, ਅਲੱਗ ਅਲੱਗ ਹਰੇਕ ਦੀ ਚੋਇਸ ਹੁੰਦੀ ਹੈ। ਇਹ ਜਿਹੜਾ ਹੈਗਾ ਮੈਂ ਹੇਅਰ ਸਪਰੇ ਲੈ ਕੇ ਆਈ ਹਾਂ, ਇਹ ਕਲੀਨਜਿੰਗ ਮਿਲਕ ਲੈ ਕੇ ਆਈ ਹਾਂ, ਅਤੇ ਇਹ ਵਾਲਾ ਜਿਹੜਾ ਹੈਗਾ ਸਕ੍ਰੱਬ ਹੈ ਜੀ ਵਿਟਾਮਿਨ ਸੀ ਦਾ ਲੈ ਕੇ ਆਈ ਹਾਂ। ਇਹਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਦੁਕਾਨ 'ਤੇ, ਇਹ ਮੈਂ ਕਿਲੋ ਦੀ ਪੈਕਿੰਗ ਹੀ ਲੈ ਕੇ ਆਈ ਹਾਂ। ਜਿਹੜੀਆਂ ਡੇਲੀ ਚੀਜ਼ਾਂ ਵਰਤਣੀਆਂ ਨੇ ਨਾ, ਉਹ ਫਿਰ ਥੋੜ੍ਹੀ ਨਾਲ ਨਹੀਂ ਸਰਦਾ ਹੈਗਾ। ਅਤੇ ਬਾਕੀ ਮੇਰਾ ਸਮਾਨ ਜਿਹੜਾ ਗਲੇ ਵਗੈਰਾ ਬੁਕਰਮ ਉਹ ਡਿੱਗੀ ਦੇ ਵਿੱਚ ਰੱਖਤਾ, ਪਿੱਸੇ ਡਿੱਗੀ ਦੇ ਵਿੱਚ ਰੱਖਤਾ ਸਾਰਾ ਸਮਾਨ। ਅਤੇ ਚਲੋ ਜੀ ਜਿਹੜਾ ਹੋਰ ਸਮਾਨ ਵੀ ਲੈ ਕੇ ਆਉਣਾ ਸੀਗਾ ਨਿੱਕਾ ਮੋਟਾ, ਉਹ ਡਿੱਗੀ ਦੇ ਵਿੱਚ ਪਿਆ ਹੈਗਾ। ਇੱਥੇ ਜਿਹੜਾ ਹੈਗਾ ਜਿਹੜਾ ਸਮਾਨ ਮੇਰੇ ਕੋਲ ਸੀਗਾ ਉਹ ਮੈਂ ਦਿਖਾ ਤਾ, ਹੁਣ ਆਪਾਂ ਚੱਲਦੇ ਹਾਂ ਘਰੇ ਕਿਉਂਕਿ ਹਨੇਰਾ ਵੀ ਹੋ ਜਾਣਾ ਜਾਂਦੇ ਜਾਂਦਿਆਂ ਨੂੰ। ਇੱਕ ਭੈਣ ਨੇ ਫੇਸ਼ੀਅਲ ਵੀ ਕਰਵਾਉਣਾ ਆਉਣਾ, ਉਹਨੂੰ ਰਾਤ ਨੂੰ ਬੁਲਾਇਆ, ਵੈਸੇ ਤਾਂ ਉਹਨੇ ਕੱਲ੍ਹ ਨੂੰ ਆਉਣਾ ਸੀਗਾ, ਅਤੇ ਕੱਲ੍ਹ ਨੂੰ ਜਿਹੜਾ ਹੈਗਾ ਆਪਾਂ ਵਿਆਹ ਜਾਣਾ, ਉਹਨਾਂ ਨੂੰ ਮੈਂ ਅੱਜ ਹੀ ਬੁਲਾ ਲਿਆ, ਸ਼ਾਮ ਨੂੰ ਆਉਣਗੇ।